ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਹਾਂ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਹੋਗੇ। ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ। ਮੈਂ ਤੁਹਾਨੂੰ ਪਿਛਲੇ ਵਲੌਗ ਦੇ ਵਿੱਚ ਦੱਸਿਆ ਸੀਗਾ ਕਿ ਮੈਂ ਤਿਆਰ ਤੁਰ ਹੋ ਕੇ ਕਿੱਥੇ ਚੱਲਾਂ ਕਿੱਥੇ ਚੱਲਾਂ ਕਿੱਥੇ ਚੱਲਾਂ ਕਿੱਥੇ ਚੱਲਾਂ, ਇਹ ਨਹੀਂ ਪਤਾ ਲੱਗਣਾ ਹਜੇ, ਕਿਉਂਕਿ ਹਜੇ ਪਹਿਲਾਂ ਆਪਾਂ ਤੁਹਾਨੂੰ ਇੱਥੇ ਕੁਛ ਰਿਚੁਅਲ ਦਿਖਾਉਣੇ ਆ ਜਿਹੜੇ ਰਿਵਾਜ਼ ਹੁੰਦੇ ਆ, ਠੀਕ ਹੈ। ਕਿਉਂਕਿ ਆਪਾਂ ਤੁਹਾਨੂੰ ਕਿਹਾ ਸੀਗਾ ਵੀ ਆਪਾਂ ਕੋਈ ਮੁੰਡਿਆਂ ਵਾਲਾ ਰਿਵਾਜ਼ ਐਂ ਛੱਡਣਾ ਨਹੀਂ, ਕਿਉਂਕਿ ਜ਼ਿਆਦਾਤਰ ਇਹ ਰਿਵਾਜ਼ ਮੁੰਡਿਆਂ ਦੇ ਹੁੰਦੇ ਆ। ਪਰ ਅਸੀਂ ਘਰਦਿਆਂ ਨੂੰ ਪਹਿਲਾਂ ਹੀ ਕਹਿਤਾ ਸੀਗਾ ਕਿ ਜਿੰਨੇ ਮੁੰਡਿਆਂ ਦੇ ਰਿਵਾਜ਼ ਹੁੰਦੇ ਆ ਉਹ ਸਾਰੇ ਹੀ ਹੋਣੇ ਚਾਹੀਦੇ ਆ, ਕਿਉਂਕਿ ਆਪਾਂ ਕੋਈ ਫਰਕ ਨਹੀਂ ਕਰਦੇ। ਇਹੀ ਮੈਸੇਜ ਸਾਡਾ ਹੋਊਗਾ ਸਮਾਜ ਨੂੰ ਕਿ ਹਾਂ ਯਾਰ, ਜੇ ਫਰਕ ਕਹਿਣ ਅਤੇ ਕਰਨ 'ਚ ਫਰਕ ਬੜਾ ਹੁੰਦਾ, ਕਿਉਂਕਿ ਜਦੋਂ ਸਾਡੇ ਸਮਾਜ ਦੇ ਖਿਲਾਫ ਜਾਣ ਦੀ ਗੱਲ ਆਉਂਦੀ ਨਾ, ਸਾਡੇ ਬੰਦੇ ਭੱਜ ਜਾਂਦੇ ਆ ਕਿ ਯਾਰ ਨਹੀਂ, ਅਸੀਂ ਨਹੀਂ ਚੰਗਾ ਨਹੀਂ ਲੱਗਦਾ, ਛੱਡੋ ਪਰੇ, ਐਂ ਨਹੀਂ ਕਰਨਾ। ਉੱਦਾਂ ਮੁੰਡੇ ਕੁੜੀਆਂ ਬਰਾਬਰ ਆ ਕਹਿਣ 'ਚ, ਪਰ ਕਰਨ 'ਚ ਆਉਂਦੇ ਆ ਜਦੋਂ ਉਦੋਂ ਨਹੀਂ। ਸੋ ਇਹ ਚੀਜ਼ਾਂ ਯਾਦ ਰੱਖਿਓ ਵਲੌਗ ਦੇ ਵਿੱਚ। ਸ਼ੁਰੂ ਕਰਦੇ ਹੁਣ ਆਪਾਂ ਇਹਦੇ ਨਾਲ ਹੀ। ਅਤੇ ਅੱਜ ਮੈਨੂੰ ਜਾਣਾ ਪਊਗਾ ਆਪਣੀ ਲਾਡੋ ਤਕਦੀਰ ਕੌਰ, ਜਿੰਦ ਤਕਦੀਰ ਕੌਰ ਨੂੰ ਛੱਡ ਕੇ, ਨਾਲੇ ਜੋਤ ਨੂੰ ਛੱਡ ਕੇ। ਅਤੇ ਹੁਣ ਆਪਾਂ ਥੱਲੇ ਚੱਲੇ, ਮੰਮੀ ਕਹਿੰਦੀ ਥੱਲੇ ਆ ਪਹਿਲਾਂ। ਅਤੇ ਅਸਲ ਦੇ ਵਿੱਚ ਅੱਜ ਜਾਣਾ ਵਧਾਈ ਲੈ ਕੇ, ਵਲੌਗ ਦਾ ਟਾਈਟਲ ਤੁਸੀਂ ਸਮਝ ਗਏ ਹੋਵੋਗੇ। ਅਤੇ ਹੁਣ ਥੱਲੇ ਕੋਈ ਇਹਨਾਂ ਦੇ ਦੁਆਬੇ ਵਾਲਿਆਂ ਦੇ ਕੀ ਰਿਵਾਜ਼ ਹੈ, ਕਿਵੇਂ ਵਧਾਈ ਤੋਰਦੇ ਆ, ਉਹ ਹੁਣ ਤੁਹਾਨੂੰ ਥੱਲੇ। ਹਾਂਜੀ ਚੱਲ ਠੀਕ ਹੈ, ਓਕੇ, ਸਾਰਿਆਂ ਨੂੰ ਹੈਲੋ ਹੋ ਗਈ। ਕੀ ਬੰਨਣਾ ਆਂਟੀ ਤੁਸੀਂ, ਹੁਣ ਆ ਬੰਨਣੇ? ਹਾਂਜੀ ਬੰਨ ਦਿਓ ਬੰਨ ਦਿਓ। ਇਹ ਕਾਹਦੇ ਪੱਤੇ ਆਂਟੀ? ਅੰਬ ਦੇ? ਲਓ ਜੀ ਇਹ ਬੰਨਦੇ ਆ, ਇੱਥੇ ਦੁਆਬੇ 'ਚ ਇਹਨਾਂ ਦੇ ਹੈਗੇ ਆ ਰਿਵਾਜ਼, ਆਪਣੇ ਸਰੀਂ ਬੰਨਦੇ ਆ। ਹਾਂਜੀ ਬਹੁਤ ਪਿੰਡੀ ਸਰੀਂ ਬੰਨਦੇ ਆ। ਸਾਡੇ ਸਰੀਂ ਬੰਨਦੇ ਆਂਟੀ, ਉੱਧਰ ਸਰੀਂ ਵਿੱਚ ਉਹ ਪਾ ਕੇ ਖੜਾਉਣ, ਛਾਣਕਣੇ ਪਾ ਕੇ। ਹਾਂ ਨਾਨਕਿਆਂ ਦੇ ਚਾਹ। ਇੱਕ ਧੀ ਲਾਡੋ ਆਈ ਸਾਡੇ ਘਰ 'ਚ, ਅਤੇ ਨਾਨਕਿਆਂ ਨੇ ਬਈ ਇੱਦਾਂ ਅੰਬ ਬੰਨਦੇ ਆ। ਆਂਟੀ ਮੁੰਡਿਆਂ ਦੇ ਬੰਨਦੇ ਹੁੰਦੇ ਵੈਸੇ? ਹੈ ਮੁੰਡਿਆਂ ਦੇ ਬੰਨਦੇ ਹੁੰਦੇ ਵੈਸੇ? ਲਿਓ ਮੈਂ ਬੰਨ ਦਿੰਦਾ। ਜਿੱਦਾਂ ਖੰਡ ਪਾਠ ਆ ਉਹ ਵੀ ਬੰਨੀ ਦੇ ਆ। ਕੁੜੀਆਂ ਦੇ ਪਹਿਲੀ ਵਾਰ ਬੰਨਣ ਲੱਗੇ? ਲਾ ਬੰਨ ਦਿੱਤਾ ਪੁੱਤ ਮੈਂ, ਉਹ ਤਾਂ ਮੇਰੀ ਪੂਪਾ ਦਾਦਾ। ਹਾਂ ਆ ਲੈ ਕੱਟ ਡੀਜੇ ਕੇ ਪੀਜੇ ਡੀਜੇ। ਹੁਣ ਸਾਰਿਆਂ ਨੇ ਪੁੱਛਣਾ ਨਾਮ ਡੀਜੇ ਕਾਤੇ ਆ, ਇਹ ਅਸੀਂ ਅਗਲੇ ਵਲੌਗ 'ਚ ਦੱਸਾਂਗੇ ਡੀਜੇ ਕਾਤੇ ਆ। ਕਿੱਦਾਂ ਵੇ ਜੱਸੀ? ਉਹ ਜੀ ਇਹ ਸਾਰੀ ਫੈਮਿਲੀ ਹੋਈ ਪਈ ਇਕੱਠੀ, ਇਹ ਤੋਰਨ ਲੱਗੇ ਵਧਾਈ ਇੱਧਰੋਂ ਕੁੜੀ ਦੇ ਦਾਦਕਿਆਂ ਵੱਲੇ। ਦੁਆਬੇ ਵਾਲੇ ਇੱਦਾਂ ਤੋਰਦੇ ਵਧਾਈ, ਸਾਰੇ ਟੱਬਰ ਇਕੱਠਾ ਹੋ ਗਏ ਕਿ ਨਹੀਂ ਤਾਏ? ਤਾਇਆ ਬੋਲਦਾ ਘੱਟ ਸਾਡਾ। ਮੈਂ ਕਿਹਾ ਦੁਆਬੇ ਵਾਲੇ ਇੱਦਾਂ ਤੋਰਦੇ ਵਧਾਈ, ਹੈਨਾ ਸਾਰਾ ਟੱਬਰ ਇਕੱਠਾ ਹੋ ਗਿਆ। ਨਵੀਂ ਨਵੀਂ ਨਾਨੀ ਬਣੀ ਨਾ ਹਜੇ, ਹੌਲੀ ਹੌਲੀ ਮਾਡਰਨ ਜਵਾਨੀ। ਡੈਡੀ ਚੱਲਾ ਓਏ ਟਿਕ ਜਾ ਬੜੂ ਤੂੰ। ਹਾਂ ਬਣੀ ਜਾਂਦੀ ਆ ਮੈਂ ਨਹੀਂ ਨਹੀਂ ਉਹ ਨਾਨੀ ਆ ਕਰੀ ਜਾਂਦੀ ਰਿਚੁਅਲ ਆਪਦੇ। ਬਹਿ ਜਾ ਪੁੱਤ ਬਹਿ ਜਾ ਟੇਕੇ ਤੂੰ। ਇਹਨੂੰ ਬਸ ਐ ਖੋਲਾ ਛੱਡ ਦੋ ਬਸ, ਰਿਮੋਟ ਇੱਥੇ ਆ ਜਾਣੀ ਪੂਰੀ ਉਹ। ਹਾਂਜੀ
चलो जी डैडी ने चकनी चलो जी बाय 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 मिलते हैं दो तीन दिन बाद हम मेरा भी नहीं लगना मैं पता तेरा भी नहीं लगना ओदे बिना मेरा नहीं लगना तो बाकी हूँ आप निकल लगे बी 11:15 हो गए सवाई च कहते निकलते होंगे तो दुआबे वाली रीतां तुम देख लिया तो मालवे वाली भी दिखावे भी डैडी निकल लगे इधर ताए के भी बनता निम के पत्ते सॉरी अंब के पत्ते चलो आ जाए डैडी डैडी आ गई एमरजेंसी कॉल आप टप गए बाघा पुराना पूरे 2 घंटे तो 20 मिनटा च मतलब कोटकपुरे पहुँचने वाले रास्ते खाण पीन रोक गए थे डैडी भुख भी लग गई सी सो सहुरा साहब का ध्यान रखना जरूरी है क्योंकि पहली बार असं इकट्ठे सफ़र कर रहे हैं लम्मा एडा इकट्ठे सफ़र नहीं किया कदे पहला इदू 1.5 साल के बधाई चली है तो वैसे मुंडे की जाती होंगी है पर आप जो पहले दस्या कि आप सारे चा जड़े आ पूरे करने क्योंकि घरद पहले ही कहता सोना पास कि असी तो चा पूरे करने भाई ठीक है तुम दस दो कहते असी भी पूरे करने भाई साढ़े पहले बच्चा होया आ इन्ने टाइम बाद क्योंकि साढ़े दोनों परिवार इधर भी मंडी भी ताए चाचा दे अलग गल हों पर जो आपके टब्बर च होना है ना वो अलग गल हों क्योंकि पहली दोती है तो पहली पोती है सो इस करके जो जरूरी है तो बाकी मैं हूँ वार बार रोकदा जिते उ वीडियो कॉल ला लेना पुछ लें फोन ला के किमें की करी जाती तकदीर लोग पहुँच गए जिंद तकदीर के तौर की वेखो कि खोलना डैडी उतर गए बहर कहने मैं उतर लें आपा जिंद तकदीर कौर की जयकाश नूर कौर की बधाई डैडी क्योंकि भाई फादर इन लॉ अंदर पे है वो कहते मैं रेस्ट करनी उन्होंने सट लगी सी तो मैं हूँ समान कढ़न लगा आ गई बधाई तकदीर दी मम्मी कहती ये भी बनाओ भाई खोल दें दी मैं कहा चल मम्मी बना लेने माता साड़ी खुश है पूरी क्यों मम्मी असी नहीं ना फर्क करते हम अगले असी दिखावे कल नू होर भी रीत रिवाज साडे मालवे दे गंड इनू इदा तोड़ ला फिर चलो खिच के नहीं चाह
अपने रूम चुन लगे साउंड लगा दस ਗੱਲਾਂ ਬਾਤਾਂ ਕੀਤੀਆਂ ਬੇਬੇ ਬਾਪੂ ਨਾਲ ਅਤੇ ਬਾਕੀ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ। ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਕਿਵੇਂ ਲੱਗੀ ਅੱਜ ਦੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਦੇ ਹਾਂ ਨਵੇਂ ਵਲੋਗ ਦੇ ਨਾਲ। ਬਾਏ ਬਾਏ, ਗੁੱਡ ਨਾਈਟ।